ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਮੀਤ ਕੌਰ ਪਿੰਡ ਮਟਰਾ ਤੋਂ ਤੁਸੀਂ ਕਿਵੇਂ ਦੇਖਦੇ ਹੋ ਅੱਜ ਭਾਰਤ ਬੰਦ ਦਾ ਸੱਦਾ ਸੀ ਕੀ ਲੱਗਦਾ ਤੁਹਾਨੂੰ ਕਿਉਂਕਿ ਸਾਰੇ ਵਰਗਾਂ ਨੇ ਬੜਾ ਵੱਡਾ ਸਮਰਥਨ ਦਿੱਤਾ ਭਾਰਤ ਬੰਦ ਨੂੰ ਅਸੀਂ ਵੀ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ ਇਹ ਹੁਣ ਤੱਕ ਅਸੀਂ ਗੋਦੀ ਮੀਡੀਆ ਦਾ ਵੀ ਇਹ ਕਹਿੰਦੇ ਵੀ ਉਹਨਾਂ ਨੇ ਸਾਨੂੰ ਕਦੇ ਵੀ ਜਦੋਂ ਇਹ ਆਪਣਾ ਮਹਿਲਾ ਅੰਦੋਲਨ ਹੋਇਆ ਉਦੋਂ ਵੀ ਇਹਨਾਂ ਨੇ ਦਿਖਾਇਆ ਨਹੀਂ ਹੈਗਾ ਅੱਜ ਵੀ ਤੁਸੀਂ ਦੇਖ ਲਓ ਗੋਦੀ ਮੀਡੀਆ ਨਹੀਂ ਦਿਖਾਉਂਦਾ ਧੰਨਵਾਦ ਸੋਸ਼ਲ ਮੀਡੀਆ ਦਾ ਜਿਹੜਾ ਸਾਨੂੰ ਅੱਜ ਦਿਖਾ ਰਿਹਾ ਵੀ ਇਹਨਾਂ ਦਾ ਮੈਂ ਤਹਿ ਦਿਲ ਨੂੰ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਪਰ ਇਹ ਆ ਬੰਦ ਸਮਰਥਨ ਦਾ ਇਹੀ ਆ ਅਸੀਂ ਬੰਦ ਇਸ ਕਰਕੇ ਕੀਤਾ ਪਹਿਲਾਂ ਅਸੀਂ 4-4 ਘੰਟੇ ਲਾ ਕੇ ਦੇਖ ਲਿਆ ਪਰ ਅਸੀਂ ਅੱਕ ਚੁੱਕੇ ਹਾਂ ਹੁਣ ਅੱਜ ਦਾ ਅਸੀਂ 12 ਘੰਟਿਆਂ ਦਾ ਲਾਇਆ ਅੱਗੇ ਤੋਂ ਜਿਹੜੀ ਅਸੀਂ ਲਹਿਰ ਚਲਾਉਣੀ ਹੈ ਉਹ ਕਦੇ ਮੋਦੀ ਸੋਚ ਵੀ ਨਹੀਂ ਸਕਦਾ ਮੈਂ ਹਜੇ ਵੀ ਕਹਿੰਦੀ ਹਾਂ ਜੇ ਉਹ ਆਪਣੀ ਅਕਲ ਉਹਦੀ ਟਿਕਾਣੇ ਆ ਸਾਡੀਆਂ ਮੰਗਾਂ ਮੰਨ ਲਵੇ ਕਾਲੇ ਕਾਨੂੰਨ ਰੱਦ ਕਰ ਲਵੇ ਜਿਹੜੇ ਕਾਨੂੰਨ ਦੀ ਉਹ ਆੜ ਲੈ ਕੇ ਅੱਜ ਸਕੂਲਾਂ ਨੂੰ ਵੀ ਬੰਦ ਕਰ ਰਿਹਾ ਜਿਹੜੀ ਉਹ 1830 ਵਾਲੀ ਐਜੂਕੇਸ਼ਨ ਵਾਲੀ ਸੀ ਉਹ ਕਾਲੇ ਅੰਗਰੇਜ਼ਾਂ ਨੇ ਚਲਾਈ ਸੀ ਅੱਜ ਉਹ ਕਾਲੇ ਬਣ ਕੇ ਸਾਡੇ 'ਤੇ ਉਹ ਨੀਤੀਆਂ ਅਪਣਾ ਰਹੇ ਨੇ ਅਸੀਂ ਉਹ ਗੱਲ ਭੁੱਲੇ ਨਹੀਂ ਹੈਗੇ ਅਸੀਂ ਉਹਨਾਂ ਦੀਆਂ ਕੋਝੀਆਂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਾਂ ਵੀ ਇਹ ਸਾਡੀ ਸਿੱਖਿਆ ਨੂੰ ਹੋਰ ਤਰੀਕੇ ਨਾਲ ਤਾਂ ਨਹੀਂ ਫੇਲ ਕਰ ਸਕੇ ਕਿਉਂਕਿ ਜਦੋਂ ਇਹ ਲੋਕਡਾਊਨ ਲਾਉਂਦੇ ਨੇ ਠੇਕੇ ਬੰਦ ਕਰਨ ਨਾਲ ਤਾਂ ਇਹਨਾਂ ਨੂੰ ਆਮਦਨ ਹੁੰਦੀ ਵੀ ਚਲਾਉਣ ਨਾਲ ਆਮਦਨ ਹੁੰਦੀ ਹੈ ਠੇਕੇ ਖੁੱਲ੍ਹੇ ਰੱਖਣ ਨਾਲ ਪਰ ਜਦੋਂ ਸਕੂਲ ਇਹ ਖੁੱਲ੍ਹੇ ਰੱਖਦੇ ਨੇ ਇਹਨਾਂ ਨੂੰ ਐਂ ਆ ਵੀ ਲੋਕਾਂ 'ਚ ਜਾਗਰਤੀ ਨਾ ਆਵੇ ਪਰ ਅੱਜ ਅਸੀਂ ਇਹ ਨਹੀਂ ਹੋਣ ਦੇਣਾ ਕਦੇ ਵੀ ਨਹੀਂ ਅਸੀਂ ਕਿਸੇ ਕੀਮਤ 'ਤੇ ਹੋਣ ਦੇਵਾਂਗੇ ਜਿਹੜਾ ਇਹ ਇੱਕ ਇਹੀ ਜਿਹੀ ਆੜ ਲੈ ਰੱਖੀ ਇਹਨਾਂ ਨੇ ਕਰੋਨਾ ਦੀ ਕਿਉਂਕਿ ਉਦੋਂ ਕਰੋਨਾ ਕਿੱਥੇ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਕਰੋਨਾ ਨਹੀਂ ਜਾਂ ਜਿਹੜੀਆਂ ਸਟੇਟਾਂ ਦੇ ਵਿੱਚ ਇੱਥੇ ਵੋਟਾਂ ਹੋ ਰਹੀਆਂ ਨੇ ਉੱਥੇ ਕਰੋਨਾ ਨਹੀਂ ਹੈਗਾ ਪਰ ਅੱਜ ਅਸੀਂ ਇਹ ਕਹਿੰਦੇ ਜਦੋਂ ਅਸੀਂ ਆਪਣੇ ਬੱਚੇ ਆਪਣੀ ਜ਼ਿੰਮੇਵਾਰੀ 'ਤੇ ਸਕੂਲ ਭੇਜਣ ਲਈ ਤਿਆਰ ਹਾਂ ਕੀ ਗੱਲ ਵੀ ਜਦੋਂ ਉੱਥੋਂ ਕੋਈ 20 ਕਿਲੋਮੀਟਰ 'ਤੇ ਸਕੂਲਾਂ ਦੇ ਵਿੱਚ ਟੀਚਰ ਆ ਰਹੇ ਨੇ ਫਿਰ ਉਹ ਕਿਉਂ ਨਹੀਂ ਉਹ ਟੀਚਰਾਂ ਨੂੰ ਮੰਨ ਲਓ ਇੱਕ ਟੀਚਰ 20 ਕਿਲੋਮੀਟਰ ਤੋਂ ਆ ਰਿਹਾ ਉਹਨਾਂ ਦੇ ਘਰ 'ਚ ਬਜ਼ੁਰਗ ਨਹੀਂ ਜਾਂ ਜਿਹੜੇ ਪਿੰਡ 'ਚ ਆ ਰਿਹਾ ਉੱਥੇ ਕਰੋਨਾ ਨਹੀਂ ਹੋ ਸਕਦਾ ਅਸੀਂ ਅੱਜ ਇਹ ਕਹਿੰਦੇ ਹਾਂ ਵੀ ਕਿਉਂ ਨਹੀਂ ਅੱਜ ਤਾਂ ਅਸੀਂ ਹਜੇ ਇੱਕ ਥੋੜ੍ਹਾ ਜਿਹੀ ਉਹ ਕਰਾਇਆ ਵੀ ਨਿਊਜ਼ 24 ਨੇ ਸਾਡੇ ਪਿੰਡ ਦੀ ਰੈਲੀ ਛੋਟੀ ਜਿਹੀ ਸੀ ਪਰ ਅਸੀਂ ਕੱਲ੍ਹ ਨੂੰ ਵੱਡੇ ਪੱਧਰ 'ਤੇ ਕਰਨੀ ਆ ਪਰ ਹਜੇ ਵੀ ਉਹ ਸੋਚ ਸਮਝ ਲੈਣ 31 ਮਾਰਚ ਤੱਕ ਜੇ ਉਹਨਾਂ ਨੇ ਲੋਕਡਾਊਨ ਨਾ ਖੋਲ੍ਹਿਆ ਅਸੀਂ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਸਕੂਲਾਂ ਮੂਹਰੇ ਜਾਂ ਸਿੱਖਿਆ ਮੰਤਰੀ ਦੇ ਕੋਠੀ ਮੂਹਰੇ ਜਾ ਕੇ ਘਰੋ ਕਰਾਂਗੇ ਪਰ ਫਿਰ ਇਹ ਨਾ ਸੋਚਣ ਇਸ ਤੋਂ ਵੱਡਾ ਇਕੱਠ ਹੋਣਾ ਪਰ ਕਰੋਨਾ ਦਾ ਅਸੀਂ ਸਾਰੇ ਨਿਯਮਾਂ ਦਾ ਪਾਲਣ ਕਰਦੇ ਹਾਂ ਬੱਚਿਆਂ ਨੂੰ ਮਾਸਕ ਲਾ ਕੇ ਭੇਜਾਂਗੇ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਕਿਸੇ ਨਿਯਮ ਦੀ ਉਲੰਘਣਾ ਕਰਾਂਗੇ ਪਰ ਅੱਜ ਅਸੀਂ ਭਾਰਤ ਬੰਦ ਦਾ ਸਾਰੇ ਲੋਕ ਵਪਾਰਕ ਪੱਧਰ ਵਾਲੇ ਹਰ ਇੱਕ ਮੁਲਾਜ਼ਮ ਮਜ਼ਦੂਰ ਵਰਗ ਹਰ ਇੱਕ ਦੁਕਾਨ ਵਾਲਾ ਸਮਰਥਨ ਦੇ ਰਿਹਾ ਇੰਨਾ ਕੁਝ ਕਹਿੰਦੀ ਹੋਈ ਖਿਮਾ ਦੀ ਜੱਜ ਮੇਰਾ ਨਾਮ ਹਰਜੀਤ ਸਿੰਘ ਬਲਾਕ ਭਾਨੀਗੜ੍ਹ ਦਾ ਬਲਾਕ ਆਗੂ ਹਾਂ ਜੀ ਹਰਜੀਤ ਸਿੰਘ ਦੀ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਕਿਵੇਂ ਦੇਖਦੇ ਹੋ ਇਸ ਬੰਦ ਨੂੰ ਕਿੰਨਾ ਕੁ ਸਹਿਯੋਗ ਕਿਹੜੇ ਕਿਹੜੇ ਵਰਗਾਂ ਤੋਂ ਮਿਲਿਆ ਤੁਹਾਨੂੰ ਅੱਜ ਦਾ ਜਿਹੜਾ ਬੰਦ ਹੈਗਾ ਇਸ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਸਮਰਥਨ ਹੈਗਾ ਖਾਸ ਕਰਕੇ ਸਾਡੇ ਦੁਕਾਨਦਾਰ ਭਰਾਵਾਂ ਦਾ ਸਾਰੇ ਬਾਜ਼ਾਰ ਬੰਦ ਕਰਤੇ ਅੱਜ ਸਾਡੇ ਵੀਰਾਂ ਨੇ ਇੱਕ ਅਲਾਊਸਮੈਂਟ ਕਰੀ ਸੀ ਅਸੀਂ ਮਜ਼ਦੂਰਾਂ ਦਾ ਵੱਡਾ ਸਮਰਥਨ ਹੈਗਾ ਸਾਡੇ ਆਮ ਲੋਕਾਂ ਦਾ ਬਹੁਤ ਵੱਡਾ ਸਮਰਥਨ ਹੈਗਾ ਇਹ ਅੱਜ ਅੰਦੋਲਨ ਨੂੰ 4 ਮਹੀਨੇ ਹੋ ਚੁੱਕੇ ਨੇ ਸਾਡੇ ਦਿੱਲੀ ਦੇ ਵਿੱਚ ਚੱਲਦੇ ਸੰਘਰਸ਼ ਨੂੰ ਉਸ ਨੂੰ ਮੁੱਖ ਰੱਖਦਿਆਂ ਸਾਡੀਆਂ ਜਥੇਬੰਦੀਆਂ ਨੇ ਇਹ ਸੱਦਾ ਦਿੱਤਾ ਸੀਗਾ ਵੀ ਅੱਜ ਦਾ ਜਿਹੜਾ ਸਾਡਾ ਬੰਦ ਨੂੰ ਪੂਰਾ ਸਫਲ ਬਣਾਉਣਾ ਹੈਗਾ ਉਹਦੇ ਵਾਸਤੇ ਸਾਡੇ ਪੂਰੇ ਭਾਰਤ ਦੇ ਲੋਕਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਸਵੇਰ ਦੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸਾਰਾ ਕੁਝ ਬੰਦ ਹੈਗਾ ਉਹਦੇ ਵਿੱਚ ਰੇਲਾਂ ਜਿਹੜਾ ਰੋਡ ਨੇਗੇ ਜਿਹੜੇ ਹੋਰ ਸਰਕਾਰੀ ਅਦਾਰਿਆਂ ਦੀ ਵੀ ਸਾਡੀ ਬੰਦ ਦੀ ਅਸੀਂ ਅਪੀਲ ਕੀਤੀ ਹੈਗੀ ਵੱਡੀ ਗਿਣਤੀ ਦੇ ਵਿੱਚ ਸਾਨੂੰ ਬੰਦ ਦਾ ਸਮਰਥਨ ਮਿਲਿਆ ਇਹਦੇ ਵਿੱਚ ਹਰਜੀਤ ਸਿੰਘ ਦੀ ਗੱਲ ਕਰਦੇ ਹਾਂ 4 ਮਹੀਨਿਆਂ ਤੋਂ ਲਗਾਤਾਰ ਜਿਹੜਾ ਕਿਸਾਨ ਦਿੱਲੀ ਬਾਰਡਰਾਂ ਤੇ ਬੈਠੇ ਨੇ ਤੇ 300 ਤੋਂ ਉੱਤੇ ਕਿਸਾਨ ਨੇ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ ਕੀ ਲੱਗਦਾ ਤੁਹਾਨੂੰ ਜਿਹੜੀ ਸਰਕਾਰ ਆ ਅਜੇ ਤੱਕ ਦੁਬਾਰਾ ਤੋਂ ਕੋਈ ਗੱਲਬਾਤ ਕਰਨ ਦੇ ਨੇੜੇ ਨਹੀਂ ਲੱਗੀ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹ ਸਰਕਾਰ ਹੈਗੀ ਮੋਦੀ ਸਰਕਾਰ ਪੂਰੀ ਹੰਕਾਰੀ ਹੋਈ ਸਰਕਾਰ ਹੈ ਜੇ ਆਪਾਂ ਇਹਨੂੰ 'ਰਾਵਣ' ਦੇ ਨਾਲ ਦੀ ਤੁਲਨਾ ਕਰੀਏ ਤਾਂ ਕੋਈ ਘੱਟ ਨਹੀਂ ਕਹਿ ਸਕਦੇ ਆਪਾਂ 'ਰਾਵਣ' ਦੇ ਨਾਲ ਹੋਏ ਇੰਨਾ ਹੰਕਾਰਿਆ ਹੋਇਆ ਇਹ ਮਤਲਬ ਅੱਜ ਦਾ ਸਾਡਾ ਰਾਜ ਹੈਗਾ ਪਰ ਇਹਨੂੰ ਇਹਦੇ ਵਹਿਮ ਹੈਗਾ ਇਹਦਾ ਵਹਿਮ ਕੱਢ ਦੇਵਾਂਗੇ ਅਸੀਂ ਸਾਡੇ ਲੋਕ ਜਾਗ ਚੁੱਕੇ ਨੇ ਇਹਦਾ ਵਹਿਮ ਕੱਢ ਦੇਣਗੇ ਇਹ 7 ਸਾਲ ਦਾ ਰਾਜ ਕਰਕੇ ਕਹਿੰਦਾ ਵੀ ਮੈਂ ਸਾਰੇ ਦੇਸ਼ ਨੂੰ ਗੁਲਾਮ ਬਣਾ ਦੂੰਗਾ ਇੱਥੇ ਸਾਡੇ ਦੇਸ਼ ਦੇ ਵਿੱਚ 200 ਸਾਲ ਰਾਜ ਕਰਕੇ ਗਏ ਨੇ ਅੰਗਰੇਜ਼ ਉਹਨਾਂ ਨੂੰ ਕਿੱਧਰ ਤੋਰਤਾ ਲੋਕਾਂ ਨੇ ਜਦੋਂ ਲੋਕ ਏਕਤਾ ਲੋਕ ਜੁੜਦੇ ਨੇ ਇਕੱਠੇ ਹੁੰਦੇ ਨੇ ਤਾਂ ਇੱਥੋਂ ਵੱਡੇ ਵੱਡੇ ਹੰਕਾਰੀ ਤੋੜ ਦਿੱਤੇ ਇੱਥੇ ਲੋਕਾਂ ਨੇ ਇੱਥੇ ਬਾਬਰ ਆਇਆ ਸੀਗਾ ਇੱਥੇ ਹੋਰ ਮੁਗਲ ਆਏ ਸੀਗੇ
ਕਿਵੇਂ ਕਿੱਧਰ ਨੂੰ ਲੰਘੇ। ਅੰਗਰੇਜ਼ 200 ਸਾਲ ਰਾਜ ਕਰਕੇ ਗਏ, ਅੱਜ ਇੰਨੇ ਕੇ ਦਾਇਰੇ ਦੇ ਵਿੱਚ ਬੰਦ ਕਰਤੇ, ਜਿਹੜੇ ਅੰਗਰੇਜ਼ਾਂ ਦੇ ਕਿਸੇ ਟਾਈਮ ਕਹਿੰਦੇ ਸੀਗੇ ਵੀ ਉਹਨਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਸਿਪਦਾ। ਸੂਰਜ ਸਿਪਣ ਦਾ ਮਤਲਬ ਇਹ ਹੈ ਵੀ ਉਹਦਾ ਰਾਜ ਉਹਨਾਂ ਦਾ ਐਡੇ ਵੱਡੇ ਦਾਇਰੇ ਦੇ ਵਿੱਚ ਸੀਗਾ, ਜੇ ਇੱਧਰ ਸੂਰਜ ਸਿਪਦਾ ਤਾਂ ਉੱਧਰ ਸੂਰਜ ਚੜ ਜਾਣਾ ਸੀਗਾ। ਇਸ ਕਰਕੇ ਜੇ ਉਹਨਾਂ ਨੂੰ ਲੋਕ ਅਦਾਰਿਆਂ 'ਚ ਬੰਦ ਕਰ ਸਕਦੇ ਨੇਗੇ ਤਾਂ ਇਹ ਮੋਦੀ ਕਿਹੜੇ ਬਾਗ ਦੀ ਮੂਲੀ ਹੈ, ਇਹਦਾ ਵੀ ਵਹਿਮ ਤੋੜ ਦਿਆਂਗੇ, ਕੱਢ ਦਿਆਂਗੇ ਸਾਰੇ ਭਰਮ ਇਹਦੇ ਵੀ। ਸਿੱਖਿਆ ਮੰਤਰੀ ਜਿਹੜਾ ਸਾਡਾ ਬਜਿੰਦਰ ਸਿੰਘ ਹੈਗਾ, ਖਾਸ ਕਰਕੇ ਪੰਜਾਬ ਦੀ ਮੈਂ ਗੱਲ ਕਰਾਂ, ਇਹ ਵੀ ਪੂਰਾ ਹੰਕਾਰਿਆ ਹੋਇਆ ਹੈਗਾ। ਇਹ ਸਾਡੇ ਜਵਾਕ ਟੈਂਕੀਆਂ ਦੇ ਉੱਤੇ ਚੜ੍ਹੇ ਫਿਰਦੇ ਨੇ। ਇਸ ਸਿੱਖਿਆ ਮੰਤਰੀ ਨੇ ਸਾਡੀ ਜਿਹੜੀ ਪੜ੍ਹਾਈ ਹੈ ਬਿਲਕੁਲ ਖੂੰਜੇ ਲਾ ਕੇ ਰੱਖਤੀ। ਇਹ ਸਿੱਖਿਆ ਮੰਤਰੀ ਸਾਡੇ ਬੱਚੇ ਪੜ੍ਹੇ ਲਿਖਿਆਂ ਨੂੰ ਗਾਲ ਕੱਢ ਕੇ ਬੁਲਾਉਂਦਾ, ਅੱਜ ਇਹਦਾ ਨਾਂ ਗਾਲ ਮੰਤਰੀ ਪਾਇਆ ਲੋਕਾਂ ਨੇ। ਇਸ ਕਰਕੇ ਆਹ ਹੁਣ ਕੋਰੋਨਾ ਦੀ ਆੜ ਦੇ ਵਿੱਚ ਇਹਨਾਂ ਨੇ ਸਕੂਲ ਸਾਰੇ ਬੰਦ ਕਰਤੇ, ਆਹ ਇਕੱਠਾਂ ਨੂੰ ਨਹੀਂ ਕੁਛ ਹੋਣ ਲੱਗਿਆ, ਇੱਥੇ ਨਹੀਂ ਕਿਸੇ ਨੂੰ ਕੋਰੋਨਾ ਹੁੰਦਾ। ਇਸ ਕਰਕੇ ਇਹ ਸਾਰੀਆਂ ਅਸੀਂ ਲੋਕਾਂ ਨੂੰ ਕਹਿਣਾ ਚਾਹ ਰਹੇ ਭਰਾਵੋ, ਚਾਲਾਂ ਨੇ ਗੀਆਂ ਸਾਡੇ ਸਕੂਲ ਬੰਦ ਕਰਕੇ ਸਾਡੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝੇ ਕਰਨਾ ਚਾਹੁੰਦੇ ਨੇ ਇਹ ਲੋਕ। ਇਸ ਕਰਕੇ ਭਰਾਵੋ ਸਾਨੂੰ ਲੋੜ ਹੈ ਜਾਗਣ ਦੀ। ਜਦੋਂ ਪਿਛਲੇ ਸਾਲ ਕੋਰੋਨਾ ਆਇਆ ਕਿੱਡੀ ਦਹਿਸ਼ਤ ਪਾਈ ਲੋਕਾਂ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ ਐਡੀ ਦਹਿਸ਼ਤ ਪਾਈ ਕਿ ਆਪਦੇ ਮਾਂ ਬਾਪਾਂ ਨੂੰ ਲੋਕਾਂ ਨੇ ਅਗਨੀ ਤੱਕ ਨਹੀਂ ਦਿੱਤੀ ਹੈਗੀ, ਉਹਨਾਂ ਦਾ ਸੰਸਕਾਰ ਤੱਕ ਨਹੀਂ ਕਰਿਆ। ਇਹੋ ਜਿਹਾ ਸਾਡੇ ਲੋਕਾਂ ਦੇ ਵਿੱਚ ਖੂਨ ਨੂੰ ਪਾਣੀ ਬਣਾਇਆ ਨਾ ਬੇਈਮਾਨ ਲੋਕਾਂ ਨੇ ਆਪਦੇ ਮੀਡੀਆ ਰਾਹੀਂ, ਜਿਹੜਾ ਇਹਨਾਂ ਦਾ ਬਕਾਊ ਮੀਡੀਆ ਹੈ। ਇੱਥੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸੋਸ਼ਲ ਮੀਡੀਆ ਦਾ, ਤਾਂ ਜਿਹੜਾ ਸਾਡਾ ਲੋਕਲ ਮੀਡੀਆ ਯੂਟਿਊਬ ਦੇ ਉੱਤੇ ਤੁਸੀਂ ਚਲਾਉਂਦੇ ਹੋਗੇ, ਅਸੀਂ ਧੰਨਵਾਦ ਕਰਦੇ ਹਾਂ ਭਰਾਵੋ, ਤੁਸੀਂ ਸਾਰੀਆਂ ਸੱਚੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਂਦੇ ਹੋਗੇ। ਪਰ ਇਸ ਬਕਾਊ ਮੀਡੀਆ ਨੇ ਭਰਾਵੋ ਲੋਕਾਂ ਦੇ ਵਿੱਚ ਬੜਾ ਦਹਿਲ ਪਾਇਆ, ਉਹ ਸਾਰੇ ਦਹਿਲ ਨਿਕਲ ਗਏ, ਮਰਨਾ ਲੋਕਾਂ ਨੇ ਮਨਜ਼ੂਰ ਕਰ ਲਿਆ ਪਰ ਈਨ ਮੰਨਣੀ ਮਨਜ਼ੂਰ ਨਹੀਂ ਕਰਦੇ ਲੋਕ। ਸਿੰਘ ਜੀ, ਹੁਣ ਜਿਹੜੇ ਸਕੂਲ ਨੇ ਵਿਦਿਆਰਥੀ ਨੇ ਉਹ ਵਿਰੋਧ ਕਰ ਰਹੇ ਨੇ ਕਿ ਜਿਹੜੇ ਸਕੂਲ ਲਈ ਬੰਦ ਹੋਣੇ ਚਾਹੀਦੇ, ਕੀ ਕਿਸਾਨ ਯੂਨੀਅਨ ਵੱਲੋਂ ਕੋਈ ਉਹਨਾਂ ਦਾ ਇੱਦਾਂ ਦਾ ਹੋ ਸਕਦਾ ਕਿਉਂਕਿ ਸਕੂਲ ਨਾ ਬੰਦ ਨਾ ਹੋਣ ਉਹਨਾਂ ਦੇ ਸਮਰਥਨ ਦੇ ਵਿੱਚ, ਕਿਉਂਕਿ ਵਿਰੋਧ ਉੱਠ ਰਿਹਾ ਪੰਜਾਬ ਦੇ ਵਿੱਚ? ਦੇਖੋ, ਇਹਦੇ 'ਤੇ ਸਾਡੀ ਸੂਬਾ ਕਮੇਟੀ ਗੱਲਬਾਤ ਚੱਲ ਰਹੀ ਹੈਗੀ, ਗੱਲਬਾਤ ਜਿਵੇਂ ਸਾਡੀ ਸੂਬਾ ਕਮੇਟੀ ਦੇ ਵਿੱਚੋਂ ਆਊਗਾ ਉਸ ਦੇ ਉੱਤੇ ਅਸੀਂ ਫੁੱਲ ਚੜ੍ਹਾਵਾਂਗੇ। ਊਂ ਸਾਡਾ ਵੀ ਇਸ ਦੇ ਉੱਤੇ ਬਣਦਾ ਹੈਗਾ ਵੀ ਇਹ ਸਕੂਲ ਬੰਦ ਨਹੀਂ ਹੋਣੇ ਚਾਹੀਦੇ। ਚੱਲ ਬਾਕੀ ਅਦਾਰੇ ਚੱਲ ਰਹੇ ਨੇ ਅਤੇ ਸਕੂਲ ਕਿਉਂ ਬੰਦ ਨੇਗੇ? ਅਤੇ ਇੱਕ ਪਾਸੇ ਇਹ ਕਹਿੰਦੇ ਨੇ ਵੀ ਜਿਹੜੇ ਆਪਣੇ ਸਿਨੇਮੇ ਨੇਗੇ ਉਹ ਚੱਲ ਸਕਦੇ ਨੇਗੇ, ਇੱਕ ਪਾਸੇ ਇਹ ਕਹਿੰਦੇ ਨੇ ਵੀ ਜਿਹੜੀਆਂ ਵੱਡੀਆਂ ਵੱਡੀਆਂ ਪੈਲਸਾਂ ਨੇ ਉੱਥੇ 200 ਬੰਦੇ ਦਾ ਇਕੱਠ ਕਰ ਸਕਦੇ ਹੋ। ਕਿ ਸਕੂਲਾਂ ਠੇਕਾਂ ਦੇ ਉੱਤੇ ਇਕੱਠ ਹੋ ਰਹੇ, ਠੇਕੇ ਬੰਦ ਨਹੀਂ ਹੁੰਦੇ? ਕਿ ਸਕੂਲਾਂ ਦੇ ਵਿੱਚ ਜ਼ਿਆਦਾ ਕਰੋਨਾ ਹੈਗਾ? ਹਾਲਾਂਕਿ ਜਿਹੜੀ ਡਾਕਟਰੀ ਲਾਈਨ ਕਹਿੰਦੀ ਹੈਗੀ, ਉਹ ਕਹਿੰਦੀ ਹੈ ਜਿਹੜੇ ਬੱਚਿਆਂ ਦਾ ਮਤਲਬ ਇਮਿਊਨ ਸਿਸਟਮ ਹੈਗਾ ਉਹ ਸਟਰੋਂਗ ਹੈਗਾ, ਜਿਹੜੀ ਇਸ ਸਾਡੇ ਬੱਚੇ ਜੰਗ ਅਵਸਥਾ ਦੇ ਵਿੱਚ ਨੇ। ਪਰ ਇਸ ਇੱਕ ਪਾਸੇ ਇਹ ਉਹਨਾਂ ਨੂੰ ਬੰਦ ਕਰਕੇ ਉਹ ਪੜ੍ਹਾਈ ਤੋਂ ਵਾਂਝੇ ਕਰਨਾ ਚਾਹੁੰਦੇ ਨੇ। ਪਹਿਲਾਂ ਹੀ ਇਹ ਸਰਕਾਰ ਨੇ ਸਾਡੇ ਪੜ੍ਹਾਈ ਦਾ ਵਿਸ਼ਾ ਤਾਂ ਸਾਰੀ ਖੂੰਜੇ ਲਾਤਾ, ਖਾਸ ਕਰਕੇ ਜਿਹੜੇ ਸਰਕਾਰੀ ਸਕੂਲ ਨੇ ਸਾਰੀ ਬਿਲਕੁਲ ਗਰਕ ਕਰਤੇ ਇਸ ਸਰਕਾਰ ਨੇ, ਐਸੇ ਤਰ੍ਹਾਂ ਇਹ ਮੰਡੀਆਂ ਨੂੰ ਗਰਕ ਕਰਨ ਜਾ ਰਹੀ ਹੈ ਸਰਕਾਰ। ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਭਰਾਵੋ ਆਓ ਇਕੱਠੇ ਹੋ ਕੇ ਇਸ ਸਰਕਾਰ ਦੇ ਨਾਲ ਮੱਥਾ ਲਾਈਏ, ਉਹਦੇ ਵਾਸਤੇ ਚਾਹੇ ਜੋ ਮਰਜ਼ੀਆਂ ਕੁਰਬਾਨੀਆਂ ਹੋ ਜਾਣ। ਅੱਜ ਦਿੱਲੀ ਦੇ ਵਿੱਚ 300 ਤੋਂ ਉੱਪਰ ਸਾਡੇ ਕਿਸਾਨ ਸ਼ਹੀਦ ਹੋ ਗਏ ਨੇਗੇ, ਸਾਡੇ ਨੌਜਵਾਨ ਬੱਚੇ ਸ਼ਹੀਦ ਹੋ ਗਏ ਨੇ, ਪਰ ਇਸ ਬੇਈਮਾਨ ਸਰਕਾਰ ਨੇ ਇੱਕ ਵਾਰੀ ਵੀ ਉਹਨਾਂ 'ਤੇ ਅਫਸੋਸ ਜ਼ਾਹਰ ਨਹੀਂ ਕੀਤਾ, ਇੱਕ ਵਾਰੀ ਵੀ ਸ਼ਰਧਾਂਜਲੀ ਨਹੀਂ ਦਿੱਤੀ ਉਹਨਾਂ ਸਾਡੇ ਨੌਜਵਾਨਾਂ ਨੂੰ। ਇਸ ਕਰਕੇ ਲੋਕਾਂ ਦਾ ਜਿਹੜਾ ਗੁੱਸਾ ਇਸ ਮੋਦੀ ਸਰਕਾਰ ਦੀਆਂ ਜੜ੍ਹਾਂ ਪੱਟ ਦਿਆਂਗੇ।